ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਕੁਝ ਅਲੱਗ ਚੀਜ਼ ਲੈ ਕੇ ਆਏ ਹਾਂ, ਇੱਕ ਹਟ ਕੇ ਕੋਈ ਚੀਜ਼ ਲੈ ਕੇ ਆਏ ਹਾਂ ਕਿ ਤੁਹਾਨੂੰ ਕੁਝ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਾਂਗੇ ਜਿਸ ਨਾਲ ਤੁਹਾਨੂੰ, ਜੇਕਰ ਉਹ ਚੀਜ਼ਾਂ ਤੁਹਾਡੇ ਘਰ ਵੀ ਹੋ ਰਹੀਆਂ ਹਨ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਡਾ ਅੱਛਾ ਸਮਾਂ ਆਉਣ ਵਾਲਾ ਹੈ, ਬੁਰਾ ਸਮਾਂ ਜਾਣ ਵਾਲਾ ਹੈ, ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ, ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਨੂੰ ਜਲਦੀ ਤੋਂ ਜਲਦੀ ਮਿਲਣ ਵਾਲਾ ਹੈ, ਪਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ, ਸਾਰੀਆਂ ਪਰੇਸ਼ਾਨੀਆਂ, ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਅਤੇ ਪਰੇਸ਼ਾਨੀਆਂ ਦੂਰ ਕਰਨ ਵਾਲਾ ਹੈ ਜੀ। ਇਸ ਦੇ ਨਾਲ ਨਾਲ ਹੀ ਅਸੀਂ ਆਪਣੀ ਇੱਕ ਵੀਡੀਓ ਵਿੱਚ ਇੱਕ ਟੈਸਟ ਕਰ ਰਹੇ ਹਾਂ ਜੋ ਕਿ ਤੁਸੀਂ ਸੈਲਫ ਟੈਸਟ ਕਰ ਸਕਦੇ ਹੋ, ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ ਕਿ ਇਹ ਚੀਜ਼ਾਂ ਜੇਕਰ ਤੁਹਾਡੇ ਘਰ ਵਿੱਚ ਹੋ ਰਹੀਆਂ ਹਨ, ਜੇਕਰ ਉਹਦੇ ਵਿੱਚੋਂ 10 ਵਿੱਚੋਂ 9 ਗੱਲਾਂ ਤੁਹਾਡੇ ਘਰ ਵਿੱਚ ਹੋ ਰਹੀਆਂ ਹਨ ਤਾਂ ਬਸ ਸਮਝ ਲਓ ਕਿ ਬਹੁਤ ਹੀ ਜਲਦੀ ਤੁਹਾਡੇ ਘਰ ਵਿੱਚ ਬਹੁਤ ਵਧੀਆ ਟਾਈਮ, ਬਹੁਤ ਵਧੀਆ ਸਮਾਂ ਆਉਣ ਵਾਲਾ ਹੈ। ਜੇਕਰ ਇਹਨਾਂ ਗੱਲਾਂ ਵਿੱਚੋਂ 7 ਗੱਲਾਂ ਵੀ ਤੁਹਾਡੇ ਘਰ ਵਿੱਚ ਹੋ ਰਹੀਆਂ ਹਨ ਤਾਂ ਵਧੀਆ ਸਮਾਂ ਆਉਣ ਵਾਲਾ ਹੈ, ਅਤੇ ਨਾਲ ਦੇ ਨਾਲ ਜੇ 10 ਵਿੱਚੋਂ 5 ਗੱਲਾਂ ਵੀ ਜੇ ਤੁਹਾਡੇ ਘਰ ਵਿੱਚ 5 ਇਹ ਚੀਜ਼ਾਂ ਵੀ ਤੁਹਾਡੇ ਘਰ ਵਿੱਚ ਵਾਪਰ ਰਹੀਆਂ ਹਨ ਨਾ, ਤਾਂ ਸਮਝੋ ਸਮਾਂ ਤਾਂ ਅੱਛਾ ਆਉਣ ਵਾਲਾ ਹੈ ਪਰ ਥੋੜ੍ਹਾ ਜਿਹਾ ਟਾਈਮ ਲੱਗੇਗਾ। ਅਤੇ ਅੱਜ ਦੀ ਵੀਡੀਓ ਵਿੱਚ ਇਹ ਸਭ ਦੱਸਣ ਵਾਲੇ ਹਾਂ ਅਤੇ ਤੁਸੀਂ ਆਪਣਾ ਟੈਸਟ ਖੁਦ ਕਰਨਾ ਹੈ, ਅਤੇ ਇਸ ਕਰਕੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹਿਣਾ ਜੀ। ਲੋਕ ਮੇਰੇ ਚੈਨਲ 'ਤੇ ਨਵੇਂ ਆਏ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ। ਸਭ ਤੋਂ ਪਹਿਲੀ ਗੱਲ ਜਿਸ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਹੁਣ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ, ਸਭ ਤੋਂ ਪਹਿਲੀ ਚੀਜ਼ ਹੈ ਤੁਹਾਡੇ ਘਰ ਵਿੱਚ ਕਾਲੇ ਰੰਗ ਦੀ ਜਿਹੜੀਆਂ ਕੀੜੀਆਂ ਹਨ, ਚੀਟੀਆਂ ਹਨ, ਲਾਈਨ ਬਣਾ ਕੇ ਆਉਣਾ ਸ਼ੁਰੂ ਕਰ ਦਿੰਦੀਆਂ ਹਨ। ਉਸ ਤੋਂ ਤੁਸੀਂ ਸਮਝ ਜਾਣਾ ਕਿ ਤੁਹਾਨੂੰ ਅਪਾਰ ਧਨ ਮਿਲਣ ਵਾਲਾ ਹੈ, ਬਹੁਤ ਜ਼ਿਆਦਾ ਪੈਸਾ ਕਿੱਧਰੋਂ ਆਉਣ ਵਾਲਾ ਹੈ। ਇਸ ਕਰਕੇ ਤੁਸੀਂ ਇਹਨਾਂ ਚੀਟੀਆਂ ਨੂੰ ਹੱਥ ਜੋੜ ਕੇ ਉਹਨਾਂ ਨੂੰ ਪ੍ਰਣਾਮ ਕਰਨਾ ਹੈ, ਨਮਸਕਾਰ ਕਰਨਾ ਹੈ ਅਤੇ ਉਹਨਾਂ ਨੂੰ ਸ਼ੱਕਰ ਮਿਲਿਆ ਹੋਇਆ ਆਟਾ ਖਿਲਾ ਦੇਣਾ ਹੈ। ਅਤੇ ਦੂਸਰੀ ਗੱਲ ਜਿਸ ਤੋਂ ਪਤਾ ਚੱਲੇਗਾ ਤੁਹਾਡੇ ਘਰ 'ਚ ਖੁਸ਼ੀਆਂ ਆਉਣ ਵਾਲੀਆਂ ਹਨ, ਕੋਈ ਵੀ ਤੁਹਾਡੇ ਘਰ ਵਿੱਚ ਆ ਕੇ ਚਿੜੀਆ ਜਿਹੜੀ ਹੁੰਦੀ ਹੈ, ਤੁਹਾਡੇ ਘਰ ਵਿੱਚ ਆ ਕੇ ਕਿਧਰੇ ਵੀ ਘੋਂਸਲਾ ਬਣਾ ਲਵੇ ਆਪਣਾ, ਤਾਂ ਸਮਝ ਜਾਣਾ ਕਿ ਹੁਣ ਤੁਹਾਡੀ ਪਰੇਸ਼ਾਨੀਆਂ ਦਾ ਅੰਤ ਹੋਣ ਵਾਲਾ ਹੈ। ਇਸ ਨੂੰ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ। ਤੀਸਰੇ ਨੰਬਰ 'ਤੇ ਹੈ, ਜੇਕਰ ਤੁਹਾਨੂੰ ਘਰ ਵਿੱਚ 2 ਜਾਂ 3 ਛਿਪਕਲੀਆਂ ਇੱਕ ਦੂਸਰੇ ਦਾ ਪਿੱਛਾ ਕਰਦੀਆਂ ਹੋਈਆਂ ਨਜ਼ਰ ਆਉਣ ਤਾਂ ਇਸ ਨੂੰ ਵੀ ਬੜਾ ਹੀ ਜ਼ਿਆਦਾ ਸ਼ੁਭ ਸੰਕੇਤ ਮੰਨਿਆ ਗਿਆ ਹੈ। ਤੁਹਾਡੇ ਘਰ ਵਿੱਚ ਪ੍ਰਗਤੀ ਹੋਣ ਵਾਲੀ ਹੈ, ਪੈਸਾ ਆਉਣ ਵਾਲਾ ਹੈ, ਤੁਹਾਡੇ ਵਪਾਰ ਵਿੱਚ, ਬਿਜ਼ਨਸ ਵਿੱਚ ਪ੍ਰੋਗਰੈਸ ਹੋਣ ਵਾਲੀ ਹੈ। ਅਤੇ ਚੌਥਾ ਇਸ਼ਾਰਾ ਹੈ, ਜੇਕਰ ਤੁਹਾਡੀ ਸੱਜੇ ਹੱਥ ਦੀ ਹਥੇਲੀ 'ਤੇ ਖੁਜਲੀ ਹੋ ਰਹੀ ਹੈ ਤਾਂ ਇਹ ਵੀ ਸੰਕੇਤ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਆਉਣ ਵਾਲਾ ਹੈ। ਜਿਹੜੇ ਮੇਲ ਮੈਂਬਰ ਹਨ ਆਦਮੀ ਲੋਕਾਂ ਦੇ ਸੱਜੇ ਹੱਥ, ਅਤੇ ਜਿਹੜੀਆਂ ਫੀਮੇਲ ਲੇਡੀਜ਼ ਲੋਕਾਂ ਦੇ ਖੱਬੇ ਹੱਥ 'ਤੇ ਖੁਜਲੀ ਹੋਵੇ ਤਾਂ ਇਸ ਨੂੰ ਪੈਸਾ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਅਤੇ ਪੰਜਵਾਂ ਇਸ਼ਾਰਾ ਹੈ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਉਣ ਵਾਲਾ ਹੈ, ਉਹ ਹੈ ਕਿ ਤੁਹਾਨੂੰ ਸੁਪਨੇ ਵਿੱਚ ਝਾੜੂ, ਉੱਲੂ, ਘੜਾ, ਹਾਥੀ, ਨੇਵਲਾ, ਛਿਪਕਲੀ, ਸੱਪ ਜਾਂ ਗੁਲਾਬ ਦਾ ਫੁੱਲ ਦਿਖਾਈ ਦੇਵੇ ਤਾਂ ਇਸ ਨੂੰ ਵੀ ਬੜਾ ਸ਼ੁਭ ਮੰਨਿਆ ਜਾਂਦਾ ਹੈ। ਇਹ ਇਸ਼ਾਰਾ ਹੁੰਦਾ ਹੈ ਕਿ ਤੁਹਾਡੇ ਘਰ ਵਿੱਚੋਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ।
ਅਤੇ ਅਗਲਾ ਇਸ਼ਾਰਾ ਹੈ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਅਤੇ ਜੇਕਰ ਤੁਹਾਨੂੰ ਗੰਨਾ ਦਿਖਾਈ ਦੇ ਜਾਵੇ ਤਾਂ ਇਹ ਵੀ ਬੜਾ ਸ਼ੁਭ ਸੰਕੇਤ ਮੰਨਿਆ ਗਿਆ ਹੈ। ਗੰਨੇ ਦਾ ਖੇਤ ਨਜ਼ਰ ਆ ਜਾਵੇ ਜਾਂ ਗੰਨੇ ਵਾਲਾ ਨਜ਼ਰ ਆ ਜਾਵੇ ਜੋ ਗੰਨੇ ਦਾ ਰਸ ਕੱਢਦਾ ਹੈ, ਇਸ ਤਰ੍ਹਾਂ ਤੁਹਾਨੂੰ ਗੰਨਾ ਨਜ਼ਰ ਆਵੇ ਤਾਂ ਇਹ ਵੀ ਤੁਹਾਡੇ ਵਾਸਤੇ ਬਹੁਤ ਹੀ ਚੰਗੀ ਨਿਸ਼ਾਨੀ ਹੈ। ਅਗਲਾ ਇਸ਼ਾਰਾ, ਜੇਕਰ ਤੁਹਾਡੇ ਘਰ ਦੇ ਅੰਦਰ ਬਿੱਲੀ ਬੱਚੇ ਦੇ ਦਿੰਦੀ ਹੈ, ਬੱਚੇ ਪੈਦਾ ਕਰਦੀ ਹੈ, ਬੱਚਿਆਂ ਨੂੰ ਜਨਮ ਦਿੰਦੀ ਹੈ, ਤਾਂ ਇਸ ਨੂੰ ਵੀ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ। ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਨੂੰ ਹੁਣ ਸਮਝ ਲਓ ਪਰ ਲੱਗ ਜਾਣਗੇ ਅਤੇ ਉਹ ਉੱਡ ਕੇ ਤੁਹਾਡੇ ਘਰ ਤੋਂ ਨਿਕਲ ਜਾਣਗੀਆਂ। ਅਤੇ ਅਗਲਾ ਇਸ਼ਾਰਾ, ਜਦੋਂ ਵੀ ਤੁਸੀਂ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ ਅੱਗੋਂ ਦੀ ਕੋਈ ਕੁੱਤਾ ਆਪਣੇ ਮੂੰਹ ਵਿੱਚ ਕੋਈ ਵੀ ਸ਼ਾਕਾਹਾਰੀ ਚੀਜ਼ ਲੈ ਕੇ ਜਾਂਦਾ ਹੋਇਆ ਨਜ਼ਰ ਆਵੇ ਤਾਂ ਇਸ ਦਾ ਇਹ ਇਸ਼ਾਰਾ ਹੁੰਦਾ ਹੈ ਕਿ ਤੁਸੀਂ ਜਿਹੜੇ ਵੀ ਕੰਮ 'ਤੇ ਜਾ ਰਹੇ ਹੋ ਉਹ ਕੰਮ ਵਿੱਚ ਤੁਹਾਨੂੰ ਕਾਮਯਾਬੀ ਮਿਲਣੀ ਹੀ ਮਿਲਣੀ ਹੈ ਅਤੇ ਨਾਲ ਦੇ ਨਾਲ ਤੁਹਾਡੇ ਘਰ ਵਿੱਚ ਪੈਸੇ ਦਾ ਅੰਬਾਰ ਲੱਗਣ ਵਾਲਾ ਹੈ। ਦਸਵਾਂ ਅਤੇ ਆਖਰੀ ਇਸ਼ਾਰਾ ਕਿਹੜਾ ਹੈ ਕਿ ਸਵੇਰੇ ਉੱਠਦਿਆਂ ਉੱਠਦਿਆਂ ਜੇਕਰ ਤੁਹਾਨੂੰ ਬਾਹਰ ਕੋਈ ਝਾੜੂ ਲਗਾਉਂਦਾ ਨਜ਼ਰ ਆਵੇ, ਇਹ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ। ਅਤੇ ਜੇਕਰ ਇਹ ਕਾਫੀ ਦਿਨਾਂ ਤੱਕ ਲਗਾਤਾਰ ਤੁਹਾਨੂੰ ਕੋਈ ਝਾੜੂ ਲਗਾਉਂਦਾ ਨਜ਼ਰ ਆਉਂਦਾ ਹੈ, ਝਾੜੂ ਲਗਾਉਣ ਵਾਸਤੇ ਕੋਈ ਵੀ ਜੇਕਰ ਦੂਸਰੀ ਘਰ ਵਿੱਚੋਂ ਕੋਈ ਬਾਹਰ ਝਾੜੂ ਲਗਾ ਰਿਹਾ ਹੈ ਉਹ ਵੀ, ਜਾਂ ਜਿਹੜੇ ਸਵੀਪਰ ਹੁੰਦੇ ਹਨ ਜੋ ਝਾੜੂ ਲਗਾਉਂਦੇ ਹਨ ਗਲੀ ਵਿੱਚ, ਉਹਨਾਂ ਨੂੰ ਵੀ ਇਸ ਵਿੱਚ ਆਉਂਦੇ ਹਨ। ਜੇਕਰ ਇਹ ਤੁਹਾਨੂੰ ਲਗਾਤਾਰ ਨਜ਼ਰ ਆਉਂਦੇ ਹਨ ਤਾਂ ਇਸ ਦਾ ਇਸ਼ਾਰਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ। ਮੈਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹਨਾਂ ਚੀਜ਼ਾਂ ਵਿੱਚੋਂ ਕਿੰਨੀਆਂ ਚੀਜ਼ਾਂ ਤੁਹਾਡੇ ਘਰ ਵਾਪਰ ਰਹੀਆਂ ਹਨ, ਤੁਹਾਨੂੰ ਕਿੰਨੇ ਨੰਬਰ ਮਿਲੇ ਹਨ। ਵੀਡੀਓ ਜੇਕਰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ ਜੀ, ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ। ਸੋ ਮੈਨੂੰ ਹੁਣ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।